ਬੜਾ ਵੱਡਾ ਹੁੰਗਾਰਾ ਲੋਕਾਂ ਵੱਲੋਂ ਮਿਲ ਰਿਹਾ। ਮਤਲਬ ਅਸੀਂ ਪਿੰਡ ਪਿੰਡ ਜਾ ਰਹੇ ਹਾਂ ਤੇ ਲੋਕ ਕਈ ਵਾਰੀ 2-2 ਘੰਟੇ ਲੇਟ ਵੀ ਹੋ ਜਾਈਦੇ ਤੇ ਲੋਕ ਡੀਕਦੇ ਹੁੰਦੇ ਆ। ਉੱਥੋਂ ਤੁਹਾਨੂੰ ਸਮਝ ਆ ਜਾਂਦਾ ਆ ਕਿ ਲੋਕ ਕੀ ਚਾਹੁੰਦੇ ਆ। ਲੋਕ ਜਿਹੜੇ ਆ ਉਹ ਲਾਲਜੀਤ ਸਿੰਘ ਭੁੱਲਰ ਨੂੰ ਵੋਟ ਪਾਉਣ ਲਈ ਕਾਹਲੇ ਆ ਔਰ ਬੜੀ ਵੱਡੀ ਗਿਣਤੀ ਜਿਤਾਉਣਗੇ ਭੁੱਲਰ ਸਾਹਿਬ। ਇੱਕ ਲਗਾਤਾਰ ਖਡੂਰ ਸਾਹਿਬ ਸੀਟ ਨੂੰ ਗੱਲ ਕਰ ਲਈਏ ਤਾਂ ਪੰਥਕ ਸੀਟ ਦੀ ਗੱਲ ਹੁੰਦੀ ਹੈ ਕਿ ਪੰਥਕ ਹਲਕਾ ਮੰਨਿਆ ਜਾਂਦਾ। ਇਹ ਦੱਸਦੀ ਹੈ ਕਿ ਕਈ ਉਮੀਦਵਾਰ ਜਿਹੜੇ ਨੇ ਪੰਥਕ ਤੌਰ ਤੇ ਪ੍ਰਚਾਰ ਕਰ ਰਹੇ ਨੇ, ਜਿਵੇਂ ਅੰਮ੍ਰਿਤਪਾਲ ਸਿੰਘ ਆਜ਼ਾਦ ਖੜੇ ਨੇ ਉਹ ਵੀ ਪੰਥਕ ਪ੍ਰਚਾਰ ਦੀ ਗੱਲ ਕਰਦੇ ਨੇ, ਵਿਰਸਾ ਸਿੰਘ ਬਲਟੋਆ ਨੇ ਉਹ ਵੀ ਪੰਥਕ ਦੀ ਗੱਲ ਕਰਦੇ ਨੇ ਔਰ ਆਪਣੇ ਆਪ ਨੂੰ ਵੀ ਪੰਥਕ ਜਿਹੜਾ ਨੇ ਦੱਸਦੇ ਨੇ। ਮੇਰੇ ਵੀਰ ਜਿਹੜਾ ਪੰਥਕ ਸੋਚ ਜਿਹੜੀ ਹੈ ਨਾ ਜੀ, ਪੰਥਕ ਤੁਹਾਡੀ ਸੋਚ ਹੋਣੀ ਚਾਹੀਦੀ ਹੈ। ਪੰਥਕ ਮਖੌਟਾ ਨਹੀਂ ਪਾਇਆ ਚਾਹੀਦਾ, ਪੰਥਕ ਬੰਦਾ ਆਪਣੇ ਮਨੋਂ ਹੋਣਾ ਚਾਹੀਦਾ ਕਿ ਮੈਂ ਸਮਾਜ ਦੀ ਸੇਵਾ ਕਿਵੇਂ ਕਰਦਾ, ਮੈਂ ਲੋਕਾਂ ਦੀ ਸੇਵਾ ਕਿਵੇਂ ਕਰਦਾ, ਮੈਂ ਪੰਥ ਦਾ ਸੇਵਾਦਾਰ ਕਿਵੇਂ ਆ। ਮਤਲਬ ਮਖੌਟਾ ਪਾ ਕੇ ਜਿਹੜਾ ਪੰਥ ਦੇ ਨਾਂ ਦੇ ਵੋਟਾਂ ਮੰਗਣੀਆਂ, ਗਮਰਾਹ ਕਰਨਾ। ਮੈਂ ਇਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਵਾਂ ਕਿ ਜਦੋਂ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਸੀ ਉਦੋਂ ਦਾ ਤੁਸੀਂ ਕਿਤੇ ਰਿਜ਼ਾਇਨ ਨਹੀਂ ਦਿੱਤਾ, ਉਦੋਂ ਤੁਸੀਂ ਆਪਣੀ ਪਾਰਟੀ ਦੇ ਲੀਡਰਾਂ ਨੂੰ ਰੋਕਿਆ ਵੀ ਨਹੀਂ ਕਿ ਤੁਸੀਂ ਮਾਫ਼ੀ ਕਿਉਂ ਦੇ ਰਹੇ ਹੋ ਡੇਰੇਦਾਰ ਨੂੰ। ਮੇਰੇ ਵੀਰ ਇਹ ਚੀਜ਼ਾਂ ਜਿਹੜੀਆਂ ਵਾ, DGP ਸੈਣੀ ਵਰਗੇ ਉਹਨਾਂ ਦੀ ਸਰਕਾਰ 'ਚ ਲੱਗੇ ਰਹੇ, ਉਦੋਂ ਤੁਹਾਡੀ ਪੰਥਕ ਸੋਚ ਕਿੱਥੇ ਸੀ? ਇਹ ਕਹਿਣ ਘਮਾਉਣ ਦੀਆਂ ਗੱਲਾਂ ਜੀ। ਇਹ ਲੋਕ ਜਿਹੜੇ ਆ ਸਿਰਫ ਪੰਥਕ ਮਖੌਟਾ ਪਾਇਆ ਹੋਇਆ, ਇਹ ਮਨੋ ਪੰਥਕ ਨਹੀਂ ਹੈਗੇ। ਲੇਕਿਨ ਲਾਲਜੀਤ ਸਿੰਘ ਭੁੱਲਰ ਲਗਾਤਾਰ ਪ੍ਰਚਾਰ ਕਰ ਰਹੇ ਨੇ ਔਰ ਦੱਸ ਦਈਏ ਕਿ ਕੁਲਬੀਰ ਸਿੰਘ ਜੀ ਦਾ ਵੀ ਜਿਹੜੇ ਨੇ ਉਹ ਵੀ ਚੋਣ ਮੈਦਾਨ ਦੇ ਵਿੱਚ ਨੇ ਔਰ ਪ੍ਰਚਾਰ ਜਾਰੀ ਹੈ। ਕਿਸ ਤਰ੍ਹਾਂ ਦੇਖਦੇ ਹੋ ਕਿ ਉਹ ਮੈਨੀਫੈਸਟੋ ਜਿਵੇਂ ਜਾਰੀ ਕਰ ਰਹੇ ਨੇ ਕਾਂਗਰਸ, ਕੀ ਕਹਿੰਦੇ ਕਿ ਮਹਿਲਾਵਾਂ ਨੂੰ ਜਿਹੜਾ ਵੱਡਾ ਤੋਹਫ਼ਾ ਦਿੱਤਾ ਜਾਊਗਾ, ਹਾਲਾਂਕਿ ਆਪਣੀਆਂ ਜਿਹੜੀਆਂ ਸਕੀਮਾਂ ਦੇਣੀਆਂ ਬਾਕੀ ਨੇ? ਵੇਖੋ ਜੀ, ਜਿਹੜੀ ਆਮ ਆਦਮੀ ਪਾਰਟੀ ਆ ਉਹਨੇ ਜਿਹੜਾ ਵੀ ਵਾਅਦਾ ਕੀਤਾ ਹੈ, ਹਰੇਕ ਵਾਅਦਾ ਪੂਰਾ ਕਰ ਰਹੀ ਹੈ ਸਰਕਾਰ। ਜਿਵੇਂ 600 ਯੂਨਿਟ ਬਿਜਲੀ ਕਿਹਾ ਸੀ ਫ੍ਰੀ ਦਿੱਤੀ ਹੈ, ਪਿੰਡ ਪਿੰਡ ਮਹੱਲਾ ਕਲਨਿਕ ਕਿਹਾ ਸੀ ਖੁੱਲ੍ਹ ਰਹੇ ਆ। ਇੱਕੋ ਹੀ ਗਰੰਟੀ ਰਹਿੰਦੀ ਹੈ ਜਿਹੜੀ ਮਹਿਲਾਵਾਂ ਨੂੰ, ਉਹ ਵੀ ਮਾਨ ਸਾਹਿਬ ਨੇ ਕਹਿ ਦਿੱਤਾ ਕਿ 6 ਮਹੀਨਿਆਂ ਦੇ ਵਿੱਚ ਉਹ ਗਰੰਟੀ ਵੀ ਪੂਰੀ ਕਰਨੀ ਹੈ। ਜਿਹੜਾ ਵੀ ਵਾਅਦਾ ਸਾਡੀ ਸਰਕਾਰ ਨੇ ਕੀਤਾ ਉਹ ਹਰੇਕ ਵਾਅਦਾ ਜਿਹੜਾ ਉਹ ਪੂਰਾ ਕੀਤਾ ਔਰ ਪੂਰਾ ਕਰ ਰਹੇ ਹਾਂ। 8500 ਦੇ ਕਰੀਬ ਜਿਹੜਾ ਮਹਿਲਾਵਾਂ ਨੂੰ ਦੇਣ ਦੀ ਕਾਂਗਰਸ ਨੇ ਗੱਲ ਕੀਤੀ ਹੈ, ਹਾਲਾਂਕਿ ਆਪਣਾ 1000 ਰੁਪਇਆ ਹੈ, ਕਿਸ ਤਰ੍ਹਾਂ ਦੇਖਦੇ ਹੋ? ਨਹੀਂ ਇਹ ਜਿਹੜੀ ਜਿਹੜਾ ਉੱਪਰ ਜਿਹੜੀ ਸੈਂਟਰ ਜਿਹੜੇ ਸੈਂਟਰ ਵਾਲਾ ਮੈਨੀਫੈਸਟੋ ਨਹੀਂ ਬ੍ਰਦਰ, ਉਹ ਤਾਂ ਇੱਕ ਵੇਖੋ ਉਹ ਕੱਲ ਨੂੰ ਉਹ ਗੱਠਜੋੜ ਦੀ ਸਰਕਾਰ ਬਣਨੀ ਹੈ, ਉਹਦੇ ਵਿੱਚ ਆਮ ਆਦਮੀ ਨੇ ਵੀ ਭਾਈਵਾਲ ਹੋਣਾ। ਉਹ ਜਿਹੜਾ ਮੈਨੀਫੈਸਟੋ ਬਣਾਇਆ ਵਾ ਉਹ ਤਾਂ ਜਦੋਂ ਗੱਠਜੋੜ ਦੀ ਸਰਕਾਰ ਬਣੂ, ਗੱਠਜੋੜ ਦੀ ਸਰਕਾਰ ਤੈਅ ਕਰੂਗੀ ਵੀ ਕੀ ਲੋਕਾਂ ਨੂੰ ਦੇਣਾ ਵਾ। ਉਹ ਇੱਕ ਸੈਂਟਰ ਦਾ ਜਿਹੜਾ ਵਾ ਉਹ ਇੱਕ ਉਹ ਮੈਨੀਫੈਸਟੋ ਆ, ਪੰਜਾਬ ਦਾ ਮੈਨੀਫੈਸਟੋ ਜਿਹੜਾ ਅਸੀਂ ਬਣਾਇਆ ਸੀ, ਉਹ ਅਸੀਂ ਵਾਅਦਾ ਹਰੇਕ ਪੂਰਾ ਕੀਤਾ ਵਾ। ਉਹ ਵੀ ਜੇ ਕੱਲ ਨੂੰ ਗੌਰਮੈਂਟ ਬਣਦੀ ਹੈ ਗੱਠਜੋੜ ਦੀ, ਤਾਂ ਫਿਰ ਮੇਰੇ ਵੀਰ ਆਮ ਆਦਮੀ ਪਾਰਟੀ ਵੀ ਉਹ 'ਚ ਭਾਈਵਾਲ ਹੋਣੀ, ਫਿਰ ਬਹਿ ਕੇ ਤੈਅ ਕਰਨਗੇ। ਬਿਲਕੁਲ, ਨਰਿੰਦਰ ਮੋਦੀ ਜਿਹੜੇ ਨੇ ਉਹ ਵੀ ਪੰਜਾਬ 'ਚ ਆਏ ਹੋਏ ਨੇ, ਲਗਾਤਾਰ ਉਹਨਾਂ ਦੀਆਂ ਰੈਲੀਆਂ ਚੱਲ ਰਹੀਆਂ ਨੇ, ਉਸ ਨੂੰ ਕਿਸ ਤਰ੍ਹਾਂ ਦੇਖਦੀ ਆ ਆਮ ਆਦਮੀ ਪਾਰਟੀ? ਵੇਖੋ ਜੀ, ਮੋਦੀ ਸਾਹਿਬ ਨੂੰ ਕਿਸੇ ਨੇ ਵੋਟ ਨਹੀਂ ਪਾਉਣੀ, ਮੋਦੀ ਸਾਹਿਬ ਦਾ ਨਾਂ ਸੁਣ ਕੇ ਪੰਜਾਬੀ ਜਿਹੜੇ ਆ ਉਹਨਾਂ ਦਾ ਖੂਨ ਖੌਲ ਉੱਠਦਾ, ਕਿਉਂਕਿ ਮੋਦੀ ਸਾਹਿਬ ਨੇ ਜਿੰਨਾ ਤਸ਼ੱਦਦ ਕਿਸਾਨਾਂ ਦੇ ਢਾਇਆ, ਜੋ ਕੁਝ ਪੰਜਾਬ ਨਾਲ BJP ਨੇ ਕੀਤਾ ਉਹ ਲੋਕੀ ਭੁੱਲ ਥੋੜੀ ਗਏ। ਸਾਡੀਆਂ ਤਾਂ ਝਾਕੀਆਂ ਨਹੀਂ ਵਿਖਾਈਆਂ ਗਈਆਂ ਦਿੱਲੀ, ਜਿਹੜੀਆਂ ਸਾਡੇ ਸ਼ਹੀਦਾਂ ਦੀਆਂ ਸਭ ਤੋਂ ਵੱਡੀਆਂ ਕੁਰਬਾਨੀਆਂ ਸਾਡੀਆਂ, ਸਾਡਾ 8000 ਕਰੋੜ ਰੁਪਈਆ RDF ਦਾ ਰੋਕ ਕੇ ਬੈਠੇ ਆ, ਪੰਜਾਬ ਨਾਲ ਇੰਨਾ ਵਿਤਕਰਾ ਕਰ ਰਹੇ ਤੇ ਵੋਟਾਂ ਪੰਜਾਬ ਕਿਵੇਂ ਉਹਨਾਂ ਨੂੰ ਪਾਊਗਾ? ਵੇਖੋ ਜੀ, ਇੱਥੇ ਚਾਹੇ ਕੋਈ ਹਿੰਦੂ ਆ, ਚਾਹੇ ਸਿੱਖ ਆ, ਚਾਹੇ ਮੁਸਲਿਮ ਆ, ਚਾਹੇ ਈਸਾਈ ਆ, ਜਿਹੜਾ ਵੀ ਪੰਜਾਬ 'ਚ ਰਹਿ ਰਿਹਾ ਉਹ ਪੰਜਾਬੀ ਆ, ਤੇ ਪੰਜਾਬੀਆਂ ਨਾਲ ਜਦੋਂ ਵਿਤਕਰਾ ਕਰ ਰਹੇ, ਪੰਜਾਬੀ ਕਿਵੇਂ ਵੋਟਾਂ ਪਾਉਣਗੇ ਮੋਦੀ ਸਾਹਿਬ ਨੂੰ? ਨਹੀਂ ਪਾਉਣਗੇ ਵੋਟਾਂ। ਬਿਲਕੁਲ,
ਔਰ ਜੇ ਗੱਲ ਕਰ ਲਈਏ ਤਾਂ ਲਗਾਤਾਰ ਪ੍ਰਚਾਰ ਜਿਹੜਾ ਚੱਲ ਰਿਹਾ ਹੈ ਔਰ ਪ੍ਰਚਾਰ ਜ਼ੋਰਾਂ 'ਤੇ ਹੈ, ਦੱਸ ਦਈਏ ਕਿ ਲਗਾਤਾਰ ਕੋਈ ਗੱਲਾਂ ਜਿਹੜੀਆਂ ਨੇ ਸਟੇਜ ਤੋਂ ਕਹੀਆਂ ਜਾਂਦੀਆਂ ਨੇ ਕਿ ਕਿਸ ਤਰ੍ਹਾਂ ਦੇਖਦੇ ਹੋ ਕਿ ਸ਼ਾਨ ਦੇ ਖਿਲਾਫ ਵੀ ਹੋ ਜਾਂਦੀਆਂ ਨੇ ਕਈ ਵਾਰ? ਨਹੀਂ ਬ੍ਰਦਰ, ਉਹ ਗੱਲ ਮਾੜੀ ਹੈ ਜੀ, ਕਿਸੇ ਦੀ ਇੱਜ਼ਤ ਕਿਸੇ ਦੀ ਸ਼ਾਨ, ਵੇਖੋ ਜਿਹੜੀ ਲੜਾਈ ਹੋਣੀ ਚਾਹੀਦੀ ਉਹ ਮੁੱਦਿਆਂ ਦੀ ਹੋਣੀ ਚਾਹੀਦੀ ਹੈ, ਕਿਸੇ ਦੀ ਜਾਤੀ ਤੌਰ 'ਤੇ ਕਿਸੇ ਦੇ ਉੱਤੇ ਕੋਈ ਹਮਲਾ ਨਹੀਂ ਹੋਣਾ ਚਾਹੀਦਾ, ਜਾਤੀ ਤੌਰ 'ਤੇ ਕਿਸੇ ਨੂੰ ਕੋਈ ਗਾਲ ਨਹੀਂ ਕੱਢਣੀ ਚਾਹੀਦੀ, ਜਾਤੀ ਤੌਰ 'ਤੇ ਕਿਸੇ ਨੂੰ ਨਿੰਦਣਾ ਨਹੀਂ ਚਾਹੀਦਾ। ਤੁਸੀਂ ਆਪਣੇ ਦੱਸੋ ਲੋਕਾਂ ਨੂੰ ਵੀ ਅਸੀਂ ਕੀ ਕੀਤਾ ਔਰ ਕੀ ਕਰਾਂਗੇ, ਮੁੱਦਿਆਂ ਦੀ ਜਿਹੜੀ ਲੜਾਈ ਉਹ ਹੋਣੀ ਚਾਹੀਦੀ। ਕੁਲਬੀਰ ਸਿੰਘ ਜੀਰਾ ਕਹਿੰਦੇ ਨੇ ਕਿ ਅਗਰ ਮੈਂ ਜਿੱਤਦਾ ਵਾਂ ਤਾਂ ਪਹਿਲਾਂ ਸਭ ਤੋਂ ਪਹਿਲਾਂ ਨਸ਼ਾ ਬੰਦ ਕਰੂੰਗਾ। ਕਹਿੰਦੇ ਕਿ ਬਾਰਡਰ ਜਿਹੜਾ ਤੁਸੀਂ ਵੀ ਖੇਮ ਕਰਨ ਤੋਂ ਵਿਧਾਇਕ ਹੋ ਔਰ ਸਰਹੱਦੀ ਏਰੀਆ, ਕਹਿੰਦੇ ਬਾਰਡਰ ਤੋਂ ਨਸ਼ਾ ਬਹੁਤ ਟੱਪਦਾ। ਵੀਰੇ ਵੇਖੋ, ਜਿਹੜੀ ਜੀਰਾ ਸਾਹਿਬ ਜਿਹੜੀ ਗੱਲ ਕਰਦੇ ਆ, ਵੇਖੋ ਉਹ ਕੱਲ ਨੂੰ ਉਹ ਕਹਿੰਦੇ ਮੈਂ ਜਿੱਤਦਾ ਤੇ ਮੈਂ ਇੰਜ ਕਰੂੰਗਾ, ਠੀਕ ਆ, ਉਹ ਗੱਲ ਚੰਗੀ ਆ, ਜਿੱਤਣ ਨਾ ਜਿੱਤਣ ਜਿਹੜੇ ਆ ਨਸ਼ਾ ਤਾਂ ਬੰਦ ਹੋਣਾ ਹੀ ਚਾਹੀਦਾ ਵਾ। ਪਰ ਮੇਰੇ ਵੀਰ ਜੀਰਾ ਸਾਹਿਬ ਹੋਣਾ ਨੂੰ ਮੈਂ ਪੁੱਛਣਾ ਚਾਹੁੰਦਾ ਵਾਂ ਕਿ ਤੁਸੀਂ ਇੱਥੇ ਪਹਿਲਾਂ ਪੰਜਾਬ ਦੇ ਵਿੱਚ ਹੀ ਤੁਸੀਂ ਗੁੜਕਾ ਸਾਹਿਬ, ਤੁਸੀਂ ਉਦੋਂ ਉਹਦੇ ਭਾਈਵਾਲ ਸੀ ਸਰਕਾਰ ਦੇ, ਮਾਨਵ ਸਾਹਿਬ ਦਾ ਗੁੜਕਾ ਸਾਹਿਬ ਫੜ ਕੇ ਤੁਸੀਂ ਸਹੁੰ ਚੱਕੀ ਸੀ, ਉਦੋਂ ਤੁਸੀਂ ਨਸ਼ਾ ਬੰਦ ਕਰਦੇ? ਮੈਂ ਸਹੁੰ ਨਹੀਂ ਚੱਕੀ ਸੀ ਉਦੋਂ, ਮੈਂ ਆਪਣੇ ਸਰਕਾਰ ਦੇ ਐਂਟੀ ਚੱਲਿਆ। ਮੇਰੇ ਵੀਰ ਨਹੀਂ, ਉਹ ਬਿਲਕੁਲ ਗਲਤ ਗੱਲਾਂ ਕਰਦੇ, ਉਹ ਵੀ ਇੱਕ ਸਰਕਾਰ ਦਾ ਅੰਗ ਸੀ। ਜੇ ਅੱਜ ਜੇ ਸਰਦਾਰ ਭਗਵੰਤ ਸਿੰਘ ਮਾਨ ਲੋਕਾਂ ਨਾਲ ਕੋਈ ਵਾਅਦਾ ਕਰਦੇ ਆ ਤੇ ਉਹ ਵਾਅਦਾ ਨਹੀਂ ਪੂਰਾ ਹੁੰਦਾ ਤੇ ਉਹ 'ਚ ਮੈਂ ਵੀ ਬਰਾਬਰ ਦਾ ਹੀ ਜ਼ਿੰਮੇਵਾਰ ਹਾਂ, ਮੈਂ ਵੀ ਸਰਕਾਰ ਦਾ ਹਿੱਸਾ ਹਾਂ, ਉਹ ਸਰਕਾਰ ਦਾ ਹਿੱਸਾ ਸੀ। ਲਾਲਜੀਤ ਸਿੰਘ ਭੁੱਲਰ ਨੂੰ ਫਿਰ ਜਿਹੜੇ ਸਰਵਨ ਸਿੰਘ ਧੁੰਨ ਨੇ ਕਿਸ ਤਰੀਕੇ ਦੀ ਲੀਡ ਦਵਾ ਰਹੇ ਨੇ ਖੇਮ ਕਰਨ 'ਚ? ਵੀਰੇ ਪੂਰੀ ਦਿਨ ਰਾਤ ਮਿਹਨਤ ਕਰ ਰਹੇ ਹਾਂ, ਲੋਕਾਂ ਦਾ ਬੜਾ ਹੀ ਵੱਡਾ ਰਿਸਪੋਂਸ ਆ, ਮੈਨੂੰ ਇੰਝ ਲੱਗਦਾ ਕਿ ਬਹੁਤ ਵੱਡੀ ਗਿਣਤੀ 'ਚ ਅਸੀਂ ਖੇਮ ਕਰਨ ਲੱਗੇ ਤਾਂ ਜਿੱਤਾਂਗੇ, ਲੋਕ ਜਿਹੜੇ ਆ ਉਹ ਸਾਡੇ ਨਾਲ ਆ, ਮੇਰੀ ਟੀਮ ਜਿਹੜੀ ਆ ਉਹ ਦਿਨ ਰਾਤ ਲੱਗੀ ਹੋਈ ਆ, ਮੈਨੂੰ ਆਪਣੀ ਟੀਮ 'ਤੇ ਬੜਾ ਮਾਣ ਆ, ਸਾਡੀ ਟੀਮ ਬਹੁਤ ਵਧੀਆ ਜਿਹੜੀ ਇਲੈਕਸ਼ਨ ਕੰਪੇਨ ਕਰ ਰਹੀ ਹੈ ਅਤੇ ਮੈਨੂੰ ਲੱਗਦਾ ਕਿ ਬਹੁਤ ਵੱਡੀ ਲੀਡ ਇੱਥੋਂ ਸਾਨੂੰ ਮਿਲੂਗੀ।